ਸ਼ਹੀਦੀ ਜੋੜ ਮੇਲ ਦੌਰਾਨ ਪੰਜਾਬ ਦੇ ਵਿੱਚ ਕਾਂਗਰਸ ਸਿਆਸੀ ਕਾਨਫਰੰਸ ਨਹੀਂ ਕਰੇਗੀ। ਇਸ ਮੁੱਦੇ ਤੇ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਨਾਲ ਸਾਡੇ ਸਹਿਯੋਗੀ ਜਗਤਾਰ ਸਿੰਘ ਭੁੱਲਰ ਨੇ ਖਾਸ ਗੱਲਬਾਤ ਕੀਤੀ। ਸੂਬਾ ਸਰਕਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਬਹੁਤ ਹੀ ਵੱਡਾ ਫੈਸਲਾ ਕੀਤਾ ਗਿਆ ਕਿ ਇਸ ਸਭਾ ਦੇ ਵਿੱਚ, ਇਸ ਸ਼ਹੀਦੀ ਜੋੜ ਮੇਲੇ ਵਿੱਚ ਕੋਈ ਵੀ ਰਾਜਸੀ ਕਾਨਫਰੰਸ ਨਹੀਂ ਹੋਏਗੀ। ਔਰ ਇਸ ਬਾਬਤ ਸਾਡੇ ਨਾਲ ਸੂਬੇ ਦੇ ਵਜ਼ੀਰ ਬਲਬੀਰ ਸਿੰਘ ਸਿੱਧੂ। ਸਿਸਬ ਸਰਕਾਰ ਨੇ ਫੈਸਲਾ ਕੀਤਾ ਕਿ ਇਹਨੂੰ ਕਿਵੇਂ ਦੇਖਦੇ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਵੀ ਅਪੀਲ ਸੀ, ਸਿੱਖ ਭਾਈਚਾਰੇ ਦੀ ਅਪੀਲ ਵੀ, ਜਿੱਥੇ ਵੀ ਇਤਿਹਾਸਕ ਗੁਰਦੁਆਰੇ ਜਿੱਥੇ ਸਿਆਸੀ ਕਾਨਫਰੰਸ ਹੁੰਦੇ ਉਹ ਨਹੀਂ ਹੋਣੀਆਂ ਚਾਹੀਦੀਆਂ ਗਾ, ਲੋਕ ਸ਼ਰਧਾ ਦੇ ਨਾਲ ਆਉਂਦੇ ਹੈਗੇ ਤੇ ਉਹਦੇ ਨਾਲ ਉੱਥੋਂ ਦਾ ਮਾਹੌਲ ਖਰਾਬ ਹੁੰਦਾ। ਮੈਂ ਸੀਐਮ ਸਾਹਿਬ ਦੇ ਇਸ ਫੈਸਲੇ ਦਾ ਬਹੁਤ ਸਵਾਗਤ ਕਰਦਾ, ਕਿਉਂਕਿ ਬੜੀ ਦੂਰ ਅੰਦਰ ਸੀ ਉਹਨਾਂ ਨੇ ਫੈਸਲਾ ਲਿਆ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਫੈਸਲਾ ਲਿਆ। ਉਹਦਾ ਕਾਰਨ ਹੈ ਕਿ ਜਦੋਂ ਅਸੀਂ ਕੋਈ ਸਿਆਸੀ ਕਾਨਫਰੰਸ ਕਰਦੇ ਹਾਂ ਤਾਂ ਉੱਥੇ ਲੋਕ ਬਹੁਤ ਡਿਸਟਰਬ ਹੁੰਦੇ ਨੇ, ਪਲੱਸ ਅਸੀਂ ਉੱਥੇ ਲੋਕ ਸ਼ਰਧਾ ਨਾਲ ਮੱਥਾ ਟੇਕਣ ਵਾਸਤੇ ਅਸੀਂ ਜਾ ਕੇ ਇੱਕ ਦੂਸਰੇ ਦੇ ਖਿਲਾਫ਼ ਕੂੜ ਪ੍ਰਚਾਰ ਹੁੰਦਾ ਹੈ ਜਿਹੜਾ ਕਿ ਬੜਾ ਮੰਦਭਾਗਾ ਹੈ। ਸਰ ਬਲਕਿ ਇਸ ਇਲਾਕੇ ਦੀ ਮੈਂ ਇੱਕ ਫਿਤਰਤ ਦੱਸਦਾ ਕਿ ਪੁਰਾਣੀ ਜਿਹੜੀ ਪਿਰਤ ਹੈ ਉਹ ਇਹ ਹੈ ਕਿ ਵੀ ਇਲਾਕੇ ਦੇ ਵਿੱਚ ਲੋਕ ਜਦੋਂ ਇਹ ਸਭਾ ਆਉਂਦੀ ਸੀ ਤਾਂ ਲੋਕ ਰਾਤ ਨੂੰ ਮੰਜੇ ਤੇ ਵੀ ਨਹੀਂ ਸੌਂਦੇ ਸੀ ਔਰ ਲੋਕ ਭੁੰਜੇ ਸੌਂਦੇ ਸੀਗੇ ਤੇ ਇਸ ਗੱਲ ਦਾ ਪਛਤਾਪ ਕਰਦੇ ਵੀ ਬਹੁਤ ਵੱਡਾ ਜਿਹੜਾ ਘੱਲੂਘਾਰਾ ਹੋਇਆ ਸੀ ਤੇ ਉਹਦੇ ਲਈ ਲੋਕਾਂ ਦੀ ਇੰਨੀ ਸ਼ਰਧਾ ਸੀ ਤੇ ਅੱਜ ਇਹ ਫੈਸਲਾ ਕਰਕੇ ਕੈਪਟਨ ਸਾਹਿਬ ਨੇ ਇੱਕ ਬਹੁਤ ਵੱਡਾ ਸਲਾਹਕਾਰ ਫੈਸਲਾ ਕੀਤਾ ਹੈ। ਇਹਦੇ ਨਾਲ ਲੋਕਾਂ ਦੀ ਇੱਕ ਚੰਗਾ ਮੈਸੇਜ ਆ। ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਹੈਗੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਆਉਣੇ ਚਾਹੀਦੇ ਹੈਗੇ ਕਿ ਜਿੰਨੇ ਵੀ ਧਾਰਮਿਕ ਸਮਾਗਮ ਹੁੰਦੇ ਨੇ, ਚਾਹੇ ਬਾਬਾ ਬਕਾਲਾ ਦਾ ਹੋਵੇ, ਚਾਹੇ ਫਤਿਹਗੜ੍ਹ ਸਾਹਿਬ ਦਾ ਹੋਵੇ, ਚਾਹੇ ਤਲਵੰਡੀ ਸਾਬੋ ਦਾ ਹੋਵੇ, ਚਾਹੇ ਖਡੂਰ ਸਾਹਿਬ ਦਾ ਹੋਵੇ, ਇੱਦਾਂ ਜਿਹੜੇ ਧਾਰਮਿਕ ਮੇਲੇ ਆ ਤੇ ਇੱਦਾਂ ਦੇ ਸਿਆਸੀ ਪਾਰਟੀਆਂ ਨੂੰ ਦੂਰ ਹੀ ਰਹਿਣਾ ਚਾਹੀਦਾ ਹੈਗਾ। ਦੇਖੋ, ਅਸੀਂ ਕਾਂਗਰਸ ਪਾਰਟੀ ਇੱਕ ਸਿਕੰਦਰ ਪਾਰਟੀ ਹੈ, ਉਹ ਸਿਆਸਤ ਨੂੰ ਧਰਮ ਨੂੰ ਹਮੇਸ਼ਾ ਵੱਖ ਕਰਕੇ ਦੇਖਦੀ ਹੈ। ਅਕਾਲੀ ਦਲ ਦਾ ਐਸ ਜੀ ਪੀ ਸੀ ਤੇ ਵੀ ਈਵਨ ਅਕਾਲ ਤਖ਼ਤ ਵੀ ਰਿਮੋਟ ਕੰਟਰੋਲ ਨਾਲ ਚਲਾਉਂਦੇ ਨੇ ਤੇ ਉਹ ਇਸ ਤਰ੍ਹਾਂ ਜਿਹੜੀਆਂ ਸਿਆਸੀ ਕਾਨਫਰੰਸਾਂ ਜਿਹੜੀਆਂ ਮੇਲਿਆਂ ਦੇ ਇਕੱਠ ਹੋਏ ਹੁੰਦੇ ਨੇ, ਮੇਲਿਆਂ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜਾ ਵੋਟਾਂ ਲੈਣ ਦਾ ਡਰਾਮਾ ਰਚਦੇ ਨੇ, ਹਮੇਸ਼ਾ ਰਚਦੇ ਆਏ ਨੇ ਔਰ ਹੁਣ ਵੀ ਇਸ ਤਰ੍ਹਾਂ ਦਾ ਸ਼ਾਇਦ ਉਹਨਾਂ ਦੀ ਸੋਚ ਹੋਵੇ। ਠੀਕ, ਚਰਚਾ ਵੀ ਹੋਇਆ ਕਿ ਸਰਕਾਰ ਫੈਸਲਾ ਥੋੜਾ ਸੋਚ ਸਮਝ ਕੇ ਲੈ ਲੈਂਦੀ ਹੈਗੀ ਕਿ ਜਿਹੜੀਆਂ ਪੰਚਾਇਤੀ ਚੋਣਾਂ ਹੈਗੀਆਂ ਨੇ ਜੀ, ਉਹ ਗਾਂਹ ਪਛਾਂ ਹੋ ਜਾਂਦੀਆਂ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਹੋ ਜਾਂਦੇ, ਹਾਲਾਂਕਿ ਹੁਣ ਨੋਟੀਫਿਕੇਸ਼ਨ ਹੋ ਰਿਹਾ, ਲੇਕਿਨ ਆਮ ਆਦਮੀ ਪਾਰਟੀ ਜਿਹੜੇ ਆਮ ਲੋਕ ਉਹ ਵੀ ਥੋੜਾ ਵਿਰੋਧ ਕਰ ਰਹੇ ਨੇ ਕਿ ਸਰਕਾਰ ਨੇ ਥੋੜਾ ਗਲਤ ਕੀਤਾ ਗਿਆ, ਜਲਦਬਾਜ਼ੀ ਕੀਤੀ ਹੈਗੀ ਜਾਂ ਫੈਸਲਾ ਦੇਰੀ ਦੇ ਨਾਲ ਲਿਆ ਗਿਆ ਜੀ। ਸ਼ਾਇਦ ਦੇਖੋ, ਇਹ ਚੋਣ ਕਮਿਸ਼ਨ ਦਾ ਪ੍ਰੈਰੋਗੇਟਿਵ ਹੈਗਾ, ਸਰਕਾਰ ਨੇ ਇੱਕ ਵਾਰੀ ਕਹਿੰਦਾ ਇੱਕ ਪ੍ਰਪੋਜ਼ਲ ਦੇਣੀ ਹੁੰਦੀ ਹੈ ਚੋਣ ਕਮਿਸ਼ਨ ਨੂੰ, ਉਹਨੇ ਅੱਗੇ ਤਰੀਕਾ ਵਗੈਰਾ ਜਿਹੜਾ ਪੂਰਾ ਪ੍ਰੋਸੀਜਰ ਹੈ ਉਹਨੇ ਅਡੋਪਟ ਕਰਨਾ ਹੁੰਦਾ ਅਤੇ ਉਹਨਾਂ ਨੇ ਜਿਹੜਾ ਪ੍ਰੋਗਰਾਮ ਬਲਕਿ ਸ਼ਾਇਦ 28 ਨੂੰ ਸੀਗਾ, 28 ਤੋਂ 30 ਕੀਤਾ ਅਤੇ ਇਹ ਗੱਲ ਜ਼ਰੂਰ ਸੋਚ ਵਿਚਾਰ ਲੈਣੀ ਚਾਹੀਦੀ ਕਿ ਅਸੀਂ ਵੀ ਸਿੱਖ ਹੈ ਅਤੇ ਅਸੀਂ ਵੀ ਪੂਰੇ ਸ਼ਰਧਾ ਦੇ ਤਰੀਕੇ ਨਾਲ ਅਸੀਂ ਜਾ ਕੇ ਨਵਾਂ ਉੱਥੇ ਨਤਮਸਤਕ ਹੋਣਾ ਅਤੇ ਪਰ ਫਿਰ ਵੀ ਦੋ ਦਿਨ ਅੱਗੇ ਪਾਤੇ, ਲੇਕਿਨ ਇਹ ਸਰਕਾਰ ਦਾ ਰੋਲ ਨਹੀਂ, ਚੋਣ ਕਮਿਸ਼ਨ ਦਾ ਰੋਲ ਜ਼ਿਆਦਾ ਹੁੰਦਾ ਇਸ ਵਿੱਚ। ਬਹੁਤ ਬਹੁਤ ਮਿਹਰਬਾਨੀ। ਇਸ ਵੇਲੇ ਸੂਬੇ ਦੇ ਵਜ਼ੀਰ ਬਲਬੀਰ ਸਿੰਘ ਸਿੱਧੂ, ਜਿੱਥੋਂ ਤੱਕ ਪੰਜਾਬ ਸਰਕਾਰ ਦਾ ਮਸਲਾ ਹੈਗਾ ਤਾਂ ਇਹੀ ਹੈ ਕਿ ਉਸ ਪਵਿੱਤਰਤਾ, ਮਹਾਨ ਅਤੇ ਇਤਿਹਾਸਕ ਧਰਤੀ ਨੂੰ ਨਮਨ ਹੁੰਦਿਆਂ ਹੀ ਇਹ ਫੈਸਲਾ ਹੈ ਕਿ ਕੋਈ ਵੀ ਸਿਆਸੀ ਪਾਰਟੀ ਉੱਥੇ ਰਾਜਸੀ ਕਾਨਫਰੰਸ ਨਾ ਕਰੇ, ਕਿਉਂਕਿ ਕਾਨਫਰੰਸ ਕਰਨ ਵਾਸਤੇ, ਪ੍ਰਚਾਰ ਕਰਨ ਵਾਸਤੇ, ਇੱਕ ਦੂਜੇ ਦੇ ਖਿਲਾਫ਼ ਦੂਸ਼ਣਬਾਜ਼ੀ ਵਾਸਤੇ ਬਹੁਤ ਦਿਨ ਨੇ, ਬਹੁਤ ਸਾਲ ਹੁੰਦੇ, ਲੇਕਿਨ ਖਾਸ ਕਰਕੇ ਇਹ ਵਾਲਾ ਦਿਨ ਛੱਡ ਦੇਣਾ ਚਾਹੀਦਾ ਹੈਗਾ। ਸ਼ਾਇਦ ਇਸੇ ਕਰਕੇ ਸਰਕਾਰ ਵੱਲੋਂ ਅਪੀਲ ਕੀਤੀ ਗਈ ਹੈ। ਕੈਮਰਾਮੈਨ ਮਨਦੀਪ ਦੇ ਨਾਲ ਜਗਤਾਰ ਸਿੰਘ ਇੰਡੀਆ ਨਿਊਜ਼ ਪੰਜਾਬ।